वाहेगुरु जी का खालसा वाहेगुरु जी की फतेह। तुहाडा साडे यूट्यूब चैनल अते फेसबुक पेज उत्ते स्वागत है जी। अज दी आपां वीडियो लेके आए हां पटियाला शाही पग जिहदी लेंथ 7.5 मीटर ते जिहड़ा कपड़ा ओह आपां फुल वेल वरते हैं जी। जिहड़ा आपां पहलां लैणा सिर दे सेंटर चों लिया के लैण नूं पौणी दे खोलदे पासे नूं आपां थले रख लैणा ते बंद पासे नूं उत्ते रख के ਆਪਾਂ ਲੜ ਨੂੰ ਇੱਕ ਵਾਰ ਫੋਲਡ ਕਰ ਲੈਣਾ ਅਤੇ ਲੜ ਨੂੰ ਮੋਟਾਈ 'ਚ ਚੰਗੀ ਤਰ੍ਹਾਂ ਮੋਟਾ ਕਰਕੇ ਯਾਨੀ ਕਿ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਦੇਣਾ ਅਤੇ ਜਿਹੜਾ ਆਪਾਂ ਦੂਜਾ ਲੜ ਲਾਉਣਾ ਬੈਕ ਲੜ ਨੂੰ ਪਿੰਚ ਕਰ ਲੈਣਾ। ਪਿੰਚ ਕਰਕੇ ਉੱਤੇ ਲਿਆ ਕੇ ਲੜ ਨੂੰ ਉਹਦੇ ਆਪਾਂ ਪੂਣੀ ਦਾ ਖੋਲ੍ਹੇ ਪਾਸੇ ਵਿੱਚੋਂ ਜਿਹੜੇ ਪਹਿਲੇ ਪਲੇਮ ਆਪਾਂ ਜ਼ਿਆਦਾ ਖੋਲ੍ਹ ਕੇ ਅਤੇ ਉੱਤੋਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਅਤੇ ਥੱਲਿਓ ਅਤੇ ਉੱਤਲੇ ਲੜਾਂ ਦਾ ਜਿਹੜਾ ਆਪਾਂ ਫਾਸਲਾ ਉਹ ਇੱਕੋ ਜਿਹਾ ਰੱਖਣਾ ਤਾਂ ਜਿਹੜੀ ਆਪਣੀ ਪ੍ਰੋਪਰ ਸ਼ੇਪ ਆ ਸਕੇ। ਅਤੇ ਲੜ ਨੂੰ ਆਪਾਂ ਇੱਕ ਵਾਰ ਫੋਲਡ ਕਰ ਲੈਣਾ, ਫੋਲਡ ਕਰਕੇ ਚੰਗੀ ਤਰ੍ਹਾਂ ਮੋਟਾ ਕਰ ਲੈਣਾ ਲੜ ਨੂੰ। ਜੇ ਤੁਹਾਡਾ ਲੜ ਇੱਕ ਵਾਰ ਮੋੜੇ 'ਤੇ ਯਾਨੀ ਕਿ ਮਿਟਾਈ 'ਚ ਆ ਜਾਂਦਾ ਤਾਂ ਤੁਸੀਂ ਲੜ ਨੂੰ ਉਸੇ ਤਰੀਕੇ ਨਾਲ ਲਗਾ ਸਕਦੇ ਹੋ। ਜੇ ਨਹੀਂ ਆਉਂਦਾ ਤੁਸੀਂ ਉਸਨੂੰ ਜਿਹੜਾ ਉਹਦਾ ਹਲਕਾ ਕੱਪੜਾ ਯਾਨੀ ਕਿ ਵਾਧੂ ਦਾ ਬਲ ਹੁੰਦੇ ਨੇ ਜਿਹੜੇ ਕੱਪੜਾ ਹੁੰਦਾ ਵਾਧੂ ਦਾ ਕੱਪੜੇ ਆਪਾਂ ਥੱਲੇ ਬੈਠੇ ਡਬਲ ਫੋਲਡ ਕਰਕੇ ਲੜ ਨੂੰ ਮੋਟਾ ਕਰਕੇ ਲਗਾ ਸਕਦੇ ਹੋ। ਅਤੇ ਲੜ ਨੂੰ ਬੈਕ ਤੋਂ ਹਲਕਾ ਹਲਕਾ ਆਪਾਂ ਪਿੰਚ ਕਰਕੇ ਬੈਕ 'ਤੇ ਲੜ ਨੂੰ ਦੱਬ ਲੈਣਾ ਅਤੇ ਬੈਕ 'ਤੇ ਲੜ ਨੂੰ ਦੱਬ ਕੇ ਬੈਕ ਉੱਤੇ ਲਿਆ ਕੇ ਲੜ ਨੂੰ ਅਤੇ ਉਹਦਾ ਜਿਹੜਾ ਹਾਸਲਾ ਉਹ ਸੈੱਟ ਕਰ ਲੈਣਾ। ਸੈੱਟ ਕਰਕੇ ਜਿਵੇਂ ਤੁਸੀਂ ਇੱਕ ਜਾਂ ਅੱਧਾ ਇੱਕ ਅੱਧੀ ਜਾਂ ਅੱਧੀ ਇੱਕ ਜਾਂ ਇੱਕ ਉਂਗਲੀ ਰੱਖਦੇ ਜਾਣ ਕਿ ਆਪਣੇ ਇੱਕ ਇੰਚ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ। ਜਾਂ ਤੁਸੀਂ ਦੋ ਉਂਗਲੀਆਂ ਜਿਹੜਾ ਆਪਣੇ ਰੱਖ ਕੇ ਪੇਜ ਦੇ ਥੱਲੇ ਉਹਦੇ ਨਾਲ ਤੁਸੀਂ ਆਪਣਾ ਜਿਹੜਾ ਫਾਸਲਾ ਉਹ ਵੀ ਲੋਡ ਕਰ ਸਕਦੇ ਹੋ। ਅਤੇ ਲੜ ਨੂੰ ਆਪਾਂ ਇੱਕ ਵਾਰ ਫੋਲਡ ਕਰੇ ਅਤੇ ਦੂਜੀ ਵਾਰ ਲੜ ਨੂੰ ਫੋਲਡ ਕਰਕੇ ਲੜ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਲਗਾ ਦੇਣਾ ਹੈ। ਅਤੇ ਬਾਅਦ ਦੇ ਨਾਲ ਜਿਹੜੀ ਆਪਾਂ ਨਾਲ ਦੀ ਨਾਲ ਸਫਾਈ ਕਰੀ ਜਾਣੀ ਆ, ਜਿਹੜਾ ਆਪਾਂ ਵਾਏ ਫੇਰਨਾ ਉਹ ਚੰਗੀ ਤਰ੍ਹਾਂ ਪੂਰੀ ਗੁਲਾਈ ਵਿੱਚ ਅਤੇ ਸਫਾਈ ਵਿੱਚ ਫੇਰਨਾ ਹੈ। ਜੇ ਤੁਸੀਂ ਲੜ ਦਾ ਫਾਸਲਾ ਵਧਾਉਣਾ ਚਾਹੁੰਦੇ ਹੋ ਤਾਂ ਬਾਜ ਨੂੰ ਜਿਹੜਾ ਆਪਾਂ ਪੇਜ ਦੇ ਅੰਦਰ ਪਾ ਲੈਣਾ। ਪੇਜ ਦੇ ਅੰਦਰ ਪਾ ਕੇ ਜਿਵੇਂ ਆਪਾਂ ਸਿੰਪਲ ਵਾਏ ਫੇਰਦੇ ਨਾਲ ਵਲ ਕੱਢਣ ਲਈ ਉਵੇਂ ਤੁਸੀਂ ਉਹਨੂੰ ਉੱਤੇ ਜਾ ਕੇ ਫੇਰਨਾ ਤਾਂ ਇਹ ਆਪਣਾ ਲੜ ਦਾ ਫਾਸਲਾ ਉਹ ਵਧੇ ਵੇ ਅਤੇ ਬਾਕੀ ਲੜਾਂ ਦੇ ਬਾਕੀ ਉਹਦਾ ਫਾਸਲਾ ਜਿਹੜਾ ਸੈੱਟ ਹੋ ਜਾਵੇ। ਅਤੇ ਜਿਹੜਾ ਆਪਾਂ ਲੜ ਲਾਉਣਾ ਬੈਕ ਲੜ ਨੂੰ ਪਿੰਚ ਕਰ ਲੈਣਾ, ਪਿੰਚ ਕਰਕੇ ਉੱਤੇ ਲਿਆ ਕੇ ਲੜ ਨੂੰ ਚੰਗੀ ਤਰ੍ਹਾਂ ਅੱਖ ਦਾ ਖੋਲ੍ਹ ਲੈਣਾ। ਖੋਲ੍ਹ ਲੈਣਾ ਜ਼ਰੂਰ ਹੋ ਗਈ ਆਪਾਂ ਜਿਹੜਾ ਕਾਗਜ਼ ਲਗਾਉਣਾ ਇਹ ਅੱਖ ਤੋਂ ਖਿਸਕੇ ਨਾ ਤਾਂ ਇਸ ਨੂੰ ਆਪਾਂ ਅੱਖ ਜਿਹੜੇ ਪਹਿਲਾਂ ਜਿੱਥੋਂ ਆਪਾਂ ਫਰੰਟ ਕਰਦੇ ਫਰੰਟ ਤੋਂ ਪਿੰਚ ਕਰ ਦਿੰਦੇ ਹਾਂ ਉੱਥੋਂ ਆਪਾਂ ਜਿਹੜੀ ਇੱਧਰ ਦੀ ਅੱਖ ਹੁੰਦੀ ਆ ਆਪਣੀ ਸੱਜੀ ਸਾਈਡ ਵਾਲੀ ਉਹਨੂੰ ਆਪਾਂ ਅੱਖ ਤੱਕ ਚੜ ਕੇ ਕਵਰ ਕਰਨੀ ਹੁੰਦੀ ਆ। ਅਤੇ ਫਿਰ ਲੜ ਨੂੰ ਆਪਾਂ ਇੱਕ ਵਾਰ ਜਾਂ ਦੋ ਵਾਰ ਫੋਲਡ ਕਰਕੇ ਲੜ ਨੂੰ ਮੋਟਾ ਕਰਕੇ ਲੜ ਨੂੰ ਲਗਾ ਦੇਣਾ ਹੈ। ਅਤੇ ਪਿੱਛੋਂ ਜਿਵੇਂ ਤੁਹਾਨੂੰ ਦੱਸੀ ਘੜਕ ਆਪਾਂ ਪਿੰਚ ਕਰਕੇ ਆਪਾਂ ਲੜ ਨੂੰ ਬੈਕ 'ਤੇ ਜਾ ਕੇ ਦੱਬ ਦੇਣਾ, ਦੱਬ ਕੇ ਉੱਤੇ ਲਿਆ ਕੇ ਲੜ ਨੂੰ ਉੱਤੇ ਲੈ ਜਾਣਾ ਹੈ। ਅਤੇ ਪੂਣੀ ਦੇ ਖੁੱਲ੍ਹ ਪਾਸੇ ਵਿੱਚੋਂ ਆਪਾਂ ਸੈੱਟ ਕਰ ਲੈਣਾ ਅਤੇ ਬੰਦ ਪਾਸਾ ਹਮੇਸ਼ਾ ਉੱਤੇ ਰੱਖਣਾ। ਅਤੇ ਜਿਹੜਾ ਬੰਦ ਪਾਸੇ ਵਿੱਚੋਂ ਪਹਿਲੇ ਪੱਲੇ ਨੂੰ ਆਪਾਂ ਅਗਲਾ ਖੋਲ੍ਹਾਂਗੇ ਅਤੇ ਦੂਜੇ ਪੱਲਾ ਜਿਹੜਾ ਹੁੰਦਾ ਉਹਨੂੰ ਆਪਾਂ ਮਿਠਾਈ ਵਾਲੇ ਪਾਸੇ ਨਾਲ ਜੋੜ ਕੇ ਅਤੇ ਲੜ ਨੂੰ ਬੈਕ ਤੋਂ ਉੱਤੋਂ ਜਿਹੜਾ ਸੈੱਟ ਕਰਕੇ ਅਤੇ ਇੱਕ ਵਾਰ ਲੜ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਨੱਕ ਦੀ ਥੋੜ੍ਹੀ ਆਪਾਂ ਕਿਹੜੇ 'ਚ ਰੱਖਾਂਗੇ ਸੱਜੇ ਪਾਸੇ ਦੀ ਅਤੇ ਲੜ ਨੂੰ ਇੱਕ ਵਾਰ ਫੋਲਡ ਕਰ ਲੈਣਾ। ਫੋਲਡ ਕਰਕੇ ਆਪਾਂ ਲੜ ਨੂੰ ਚੰਗੀ ਤਰ੍ਹਾਂ ਉੱਤੋਂ ਦੱਬ ਕੇ ਲੈਣਾ ਅਤੇ ਲੜ ਨੂੰ ਆਪਾਂ ਉਹਦਾ ਫਾਸਲਾ ਜਿਹੜਾ ਉਹਦਾ ਸੈੱਟ ਕਰਕੇ ਅਤੇ ਸ਼ੇਪ ਬਣਾ ਕੇ ਲੜ ਨੂੰ ਲਗਾ ਦੇਣਾ ਹੈ। ਜੇ ਵੀਡੀਓ ਪਸੰਦ ਆ ਰਹੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਅਤੇ ਸਾਡੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਵੀਡੀਓ ਐਂ ਤੱਕ ਜ਼ਰੂਰ ਦੇਖਿਆ ਕਰੋ ਅਤੇ ਜਿਹੜੀ ਇਸ ਵੀਡੀਓ ਨੂੰ ਜਿਹੜੇ ਵੀ ਇਸ ਵੀਡੀਓ ਨੂੰ ਫੇਸਬੁੱਕ ਪੇਜ ਉੱਤੋਂ ਦੇਖ ਰਹੇ ਹਨ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਟਾਰ ਜ਼ਰੂਰ ਭੇਜਣ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ। ਅਤੇ ਜਿਹੜਾ ਆਪਾਂ ਕਹਿਣਾ ਲਾਉਣਾ ਬੈਕ ਕਲਰ ਨੂੰ ਪਿੰਚ ਕਰ ਲੈਣਾ, ਪਿੰਚ ਕਰਕੇ ਉੱਤੇ ਲਿਆ ਕੇ ਲੜ ਨੂੰ ਅਤੇ ਪੂਣੀ ਦੇ ਖੱਲੇ ਪਾਸੇ ਵਿੱਚੋਂ ਆਪਣੇ ਪੂਣੀ ਸੈੱਟ ਕਰ ਲੈਣੀ। ਪੂਣੀ ਸੈੱਟ ਕਰਕੇ ਅਤੇ ਜਿਹੜੇ ਆਪਣੇ ਸੱਜੇ ਪਾਸੇ ਵੱਲ ਵਲ ਹੋਣਗੇ ਉਹਨਾਂ ਨੂੰ ਆਪਾਂ ਕੱਢ ਲੈਣਾ ਚੰਗੀ ਤਰ੍ਹਾਂ। ਚੰਗੀ ਤਰ੍ਹਾਂ ਵਲ ਕੱਢ ਕੇ ਨੱਕ ਦੀ ਸ਼ੀਧ ਵਿੱਚ ਜਿਹੜਾ ਆਪਾਂ ਛੇਵਾਂ ਅਤੇ ਕਾਲੀ ਲੜ ਲਾਉਣਾ ਅਤੇ ਲੜ ਨੂੰ ਆਪਾਂ ਨੱਕ ਦੀ ਸ਼ੀਧ ਵਿੱਚ ਮੋੜ ਲੈਣਾ, ਮੋੜ ਕੇ ਇੱਕ ਵਾਰ ਫੋਲਡ ਕਰ ਲੈਣਾ। ਉੱਤੋਂ ਵੀ ਜਿਹੜਾ ਹਰੇਕ ਲੜ ਦੱਬਣਾ ਅਤੇ ਬੈਕ ਤੋਂ ਵੀ ਹਰੇਕ ਲੜ ਦੱਬਣਾ ਹੈ ਅਤੇ ਚੰਗੀ ਤਰ੍ਹਾਂ ਲੜ ਨੂੰ ਫੋਲਡ ਕਰਕੇ ਅਤੇ ਛੇਵ ਸੈੱਟ ਕਰਕੇ ਅਤੇ ਲੜ ਨੂੰ ਲਗਾ ਦੇਣਾ ਹੈ। ਅਤੇ ਆਪਣੀ ਬਾਕੀ ਜਿਹੜੀ ਆਪਾਂ ਪੱਗ ਦੀ ਸੈਟਿੰਗ ਕਰਾਂਗੇ ਅਤੇ ਉੱਤਲੇ ਲੜਾਂ ਦਾ ਵੀ ਜਿਹੜੇ ਆਪਣਾ ਫਾਸਲਾ ਉਹ ਵੀ ਸੈੱਟ ਕਰਾਂਗੇ।
ਜਿਹੜਾ ਕੋਈ ਲੜ ਮੋਟਾ ਹੋਊਗਾ ਤਾਂ ਆਪਾਂ ਜਿਹੜਾ ਲੜ ਜਿਹੜਾ ਮੋਟਾ ਹੋਊਗਾ ਉਹਦੇ ਆਪਾਂ ਉੱਤੇ ਵਾਰ ਰੱਖਣਾ, ਵਾਰ ਰੱਖ ਕੇ ਆਪਾਂ ਜਿਹੜਾ ਲੜ ਨੂੰ ਪ੍ਰੈਸ ਕਰਨਾ ਵਾਰ ਨਾਲ, ਤਾਂ ਜਿਹੜਾ ਆਪਣਾ ਬਾਕੀ ਲੜਾਂ ਦੇ ਵਾਂਗੂ ਉਹ ਲੜ ਅਤੇ ਉਸ ਲੜ ਦੀ ਮੋਟਾਈ ਜਿਹੜੀ ਆਪਣੀ ਉਸ ਹਿਸਾਬ ਨਾਲ ਹੋ ਜਾਵੇ। ਚੰਗੀ ਤਰ੍ਹਾਂ ਆਪਾਂ ਮੋਬਾਈਲ ਫੇਰ ਕੇ ਅਤੇ ਸ਼ੇਪ ਸੈੱਟ ਕਰ ਲੈਣੀਆਂ, ਬਾਕੀ ਪੱਗ ਦੀ ਵੀ ਜਿਹੜੀ ਆਪਾਂ ਸੈਟਿੰਗ ਕਰ ਲੈਣੀਆਂ, ਬਾਕੀ ਪੱਗ ਦੀ ਵੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ, ਅਤੇ ਜਿਹੜਾ ਆਪਾਂ ਉਤਲੇ ਲੜਾਂ ਲਾਏ ਸੀ ਉਹਨਾਂ ਦੀ ਵੀ ਜਿਹੜੀ ਆਪਾਂ ਸੈਟਿੰਗ ਕਰਨੀ ਆ। ਬਾਅਦ ਨਾਲ ਤੁਸੀਂ ਉਤਲੇ ਲੜਾਂ ਦੀ ਸੈਟਿੰਗ ਕਰ ਲਈ ਡਬਲ ਸ਼ੀਸ਼ਾ ਵਰਤ ਸਕਦੇ ਹੋ, ਅਤੇ ਬੈਕ ਦੇ ਜਿਹੜੇ ਆਪਣੇ ਫਰੰਟ ਤੋਂ ਬੈਕ ਦੇ ਲੜ ਹੁੰਦੇ ਆ, ਇੱਧਰਲੀ ਸਾਈਡ ਖੱਬੀ ਸਾਈਡ ਪਿੱਛੇ ਆ ਜਿਹੜੇ ਪੇਚ ਹੁੰਦੇ ਆ, ਉਹਨਾਂ ਨੂੰ ਵੀ ਆਪਾਂ ਜਿਹੜੇ ਲੋਡ ਕਰ ਲੈਣਾ ਡਬਲ ਸ਼ੀਸ਼ੇ ਨਾਲ, ਅਤੇ ਉੱਤੇ ਜਿਹੜਾ ਆਪਾਂ ਪਹਿਲਾਂ ਲਗਾਈ ਸੀ ਸਾਈਡ ਦੇ ਸੈਂਟਰ ਤੋਂ ਉਹਨੂੰ ਆਪਾਂ ਖਿੱਚਣਾ ਪਹਿਲਾਂ। ਤੁਸੀਂ ਕਲਕੀ ਲੜ ਲਾਉਣ ਤੋਂ ਪਹਿਲਾਂ ਵੀ ਸਿਰ ਢੱਕ ਸਕਦੇ ਹੋ, ਬਾਅਦ 'ਚ ਵੀ ਢੱਕ ਸਕਦੇ ਹੋ, ਇਹ ਤੁਹਾਡੇ ਡਿਪੈਂਡ ਹੈ ਜਿਵੇਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ। ਜਿਹੜਾ ਆਪਾਂ ਸਿਰ ਢੱਕਣਾ ਪਹਿਲਾਂ ਲੜ ਲਾਏ ਸੀ ਉਹਨੂੰ ਆਪਾਂ ਬੈਕ ਤੋਂ ਖਿੱਚਣਾ, ਫਰੰਟ ਤੋਂ ਨਹੀਂ ਖਿੱਚਣਾ, ਤਾਂ ਜਿਹੜਾ ਆਪਣਾ ਉਹ ਜੇ ਆਪਾਂ ਫਰੰਟ ਤੋਂ ਖਿੱਚਣੇ ਲੜ ਉਹ ਜਿਹੜਾ ਲੜ ਹੈ ਆਪਣਾ ਉਹ ਫਰੰਟ ਤੋਂ ਖਿਸਕੇ ਜਾਂਦਾ, ਤਾਂ ਇਸ ਲਈ ਆਪਾਂ ਜਿਹੜਾ ਲੜ ਨੂੰ ਬੈਕ ਤੋਂ ਖਿੱਚਣਾ, ਅਤੇ ਬੈਕ ਤੋਂ ਖਿੱਚ ਕੇ ਹਲਕਾ ਹੀ ਆਪਾਂ ਫਰੰਟ ਤੋਂ ਖਿੱਚਾਂਗੇ, ਜਿੱਥੇ ਜਦੋਂ ਤੁਹਾਡਾ ਲੜ ਖਿਸਕਦਾ ਤੁਸੀਂ ਉੱਥੇ ਉਸਨੂੰ ਸਾੜ ਦੇਣਾ, ਅਤੇ ਬੈਕ ਤੋਂ ਲੜ ਨੂੰ ਖਿੱਚ ਕੇ ਚੰਗੀ ਤਰ੍ਹਾਂ ਸਿਰ ਟਾਇਟ ਕਵਰ ਕਰ ਲੈਣਾ ਹੈ। ਅਤੇ ਜਿਹੜਾ ਹੁਣ ਆਪਾਂ ਪੱਗ ਪਹਿਨ ਲਾਉਣਾ ਨੱਕ ਦੀ ਸ਼ੀਧ ਵਿੱਚ ਜਿਹੜਾ ਪੱਗ ਪਹਿਨ ਲਾਉਣਾ ਆਪਾਂ ਨੇ, ਅਤੇ ਜਿਹੜੀ ਆਪਣੇ ਜਿੱਥੋਂ ਆਪਾਂ ਫਰੰਟ ਤੋਂ ਪਿੰਚ ਕਰਿਆ ਹੁੰਦਾ ਪੇਚ, ਉੱਥੇ ਜਿਹੜੇ ਵਲ ਪੈ ਜਾਂਦੇ ਨੇ ਆਪਾਂ ਉਹਨਾਂ ਨੂੰ ਥੱਲੇ ਖਿੱਚ ਕੇ ਉਹਦਾ ਬਰੀਕ ਕੱਪੜਾ ਜਿਹੜਾ ਚੱਕ ਕੇ ਉਹਨੂੰ ਥੱਲੇ ਖਿੱਚ ਲੈਣਾ, ਥੱਲੇ ਖਿੱਚ ਕੇ ਉਸ ਵਿੱਚ ਵਲ ਕੱਢ ਲੈਣੇ, ਵਲ ਕੱਢ ਕੇ ਲੜ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਲੈਣਾ, ਫੋਲਡ ਕਰਕੇ ਚੰਗੀ ਤਰ੍ਹਾਂ ਬੈਕ ਤੋਂ ਲੜ ਨੂੰ ਚੜਾਈ ਤੋਂ ਲਿਆ ਕੇ ਮੂਹਰੇ ਲਿਆ ਕੇ ਜਿਹੜੀ ਉਹਦੇ ਆਪਾਂ ਚੜਾਈ ਘਟਾ ਲੈਣੀ ਆ, ਅਤੇ ਲੜ ਨੂੰ ਦੋ ਜਿਹੜੇ ਆਪਣੇ ਦੋਹੀ ਲੜ ਲਾਏ ਹੋਏ ਨੇ ਪਹਿਲਾਂ ਅਤੇ ਆਖਰੀ ਲੜ ਉਹ ਲੜ ਆਪਾਂ ਜਿਹੜੇ ਅੱਖਾਂ ਦੇ ਬਰਾਬਰ ਰੱਖਣੇ ਆ, ਅਤੇ ਲੜ ਨੂੰ ਪੱਗ ਪੈਂਦੇ ਥੱਲੇ ਰੱਖ ਕੇ ਸੱਜੇ ਪਾਸੇ ਵੱਲ ਨੂੰ ਮੋੜ ਦੇਣਾ ਹੈ, ਅਤੇ ਪੂਣੀ ਦੇ ਖੁੱਲ੍ਹਦੇ ਪੈਸੇ ਵਿੱਚ ਜਿਹੜੇ ਵਲ ਹੋਣਗੇ ਮੂਹਰਲੇ ਉਹਨਾਂ ਨੂੰ ਆਪਾਂ ਫਰੰਟ 'ਤੇ ਕਰਕੇ, ਅਤੇ ਚੰਗੀ ਤਰ੍ਹਾਂ ਲੜ ਨੂੰ ਜਿੰਨੀ ਤੁਸੀਂ ਕੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉੰਨੀ ਲੜ ਦੀ ਕੜਾਈ ਰੱਖ ਕੇ ਲੜ ਨੂੰ ਲਗਾ ਦੇਣਾ ਹੈ, ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ। ਅਤੇ ਉੱਤਲੇ ਉੱਥੇ ਨੋਕ ਕੋਲੋਂ ਆਪਣੇ ਵਲ ਨਾ ਪੈਣ, ਤਾਂ ਆਪਾਂ ਉਂਗਲੀ ਨਾਲ ਜਿਹੜਾ ਉਹ ਵਲਾਂ ਨੂੰ ਕੱਢਣਾ ਥੱਲੇ ਖਿੱਚ ਕੇ ਚੰਗੀ ਤਰ੍ਹਾਂ ਵਲਾਂ ਨੂੰ ਕੱਢ ਕੇ ਅਤੇ ਉੱਤੇ ਲੜ ਨੂੰ ਦੱਬ ਦੇਣਾ ਹੈ। ਅਤੇ ਬਾਕੀ ਪੱਗ ਦੀ ਵੀ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਆ ਨਾਲ ਦੀ ਨਾਲ, ਅਤੇ ਜੇ ਤੁਹਾਡਾ ਲੜ ਉੱਤੇ ਜਾਣੀ ਕਿ ਟਿਕਦਾ ਨਹੀਂ ਹੈਗਾ ਤੁਸੀਂ ਦੋ ਜਾਂ ਤਿੰਨ ਪੱਗ ਐਕਸਟਰਾ ਲਗਾ ਸਕਦੇ ਹੋ, ਅਤੇ ਹੁਣ ਉੱਤਲੇ ਲੜਾਂ ਦੀ ਜਿਹੜੀ ਆਪਾਂ ਹਲਕੇ ਹਲਕੇ ਸੈਟਿੰਗ ਕਰਾਂਗੇ। ਅਤੇ ਵੀਡੀਓ ਦੇਖਣ ਲਈ ਧੰਨਵਾਦ, ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।